फैन आ जिन्हां चिर आपां कोल इक अद्धा स्टैंडर्ड ना होवे आपां नूं सावर नहीं आउंदा। मतलब इक अद्धा स्टैंडर्ड आपां रख दे मान कीता माड़ा हुंदा। वैसे ये ट्रैक्टर मान लैने आपां इस रंग च ही आ, ये ट्रैक्टर दा मुल ही नहीं कोई। अच्छा DI 460 हां ते बिल आ इहदे तां जबन MRF उम्मीद दिसी जांदा गा हजे ते लैणा चल्या सिर्फ 600 घंटे चल्या होयागा। टायर तां फिर नाल दी ने सर्विस भी ना कराओ। हां नाल दे सर्विस भी होई होई आ। महिंद्रा 585 सिस्टम वगैरह बड़ा तगड़ा लाया, सतरी बड़ी खुली डुली लाई है, स्टील वाली पाइपा वगैरह। ये कितना मॉडल है भाई? सिर्फ 1,35,000 का। आ दूजा भी 1,35 दे देंगे, 40 ले भी लो जो। आ भी 2001 मॉडल 1,35 दे देंगे। ते इधर उंज 17 मास फरा ली है, 17 मास फरा 5.5 लाख तो घट नहीं बनता चंगा रेट। ते ये अगले नु मिलदा है रेट च 2.65 च, 2.65 च अद्ध मुल्ल च मिलदा है, अद्ध मुल्ल च मिलदा। लो भी सज्जन, लो भी मित्रों अज आए हुए हैं मान ट्रैक्टर सेल्ज तलवंडी साबो दे विच, जिथे फुल गरंटी वाले ट्रैक्टर मिलते हैं। जिहड़ा मर्जी ट्रैक्टर ले लियो बिल्कुल जायज रेट दे, मतलब डिस्काउंट ते मिल गए। ते अज मेरे नाल ने भाई निर्मल कोटली। सत श्री अकाल भाई, थोड़ा पिंड हैगा कोटली खुरद? कोटली खुरद। ते आपां खड़े आ तलवंडी साबो। आपां तलवंडी साबो खड़े रोड़ी रोड ते। रोड़ी रोड ते उधर आ गई तलवंडी साबो, ते इधर आ गया रोड़ी रोड। हां रोड़ी रोड दे उपर थोड़ा शोरूम है। हां जी लगभग थोड़े कोले 20-25 ट्रैक्टर थोड़े कोले आम ही हुंदे ने। हुंदे आ। ਕਿਹੜੇ ਟਰੈਕਟਰ ਤੋਂ ਸ਼ੁਰੂ ਕਰੀਏ ਆਪਾਂ? ਇਹ ਛੋਟੇ ਤੋਂ ਕਰ ਲਓ, ਛੋਟੇ ਤੋਂ। ਅਰਜਨ ਤੋਂ ਕਿੰਨਾ ਮਾਡਲ ਆ ਬਾਈ ਇਹ? ਇਹ 21 ਮਾਡਲ ਆ। 21 ਮਾਡਲ ਆ। ਟਾਇਰ ਤਾਂ ਮੂਰਲੇ ਜਮਾਂ ਨਵੇਂ ਨੇ, ਹੈਨਾ? ਨਵੇਂ ਨੇ। ਤੇ ਇਹ ਪੰਜਾਬ ਦਾ ਨੰਬਰ ਆ, ਪਾਵਰ ਸਟੀਅਰਿੰਗ ਹੈ। ਹਾਂ ਤੇ ਇਹ ਕਿੰਨੇ ਚ ਬਣ ਜੂ ਬਾਈ? ਇਹ ਦੇ ਦੇਗਾ ਆਪਾਂ 5.5 ਲੱਖ। 5.5 ਲੱਖ ਦਾ ਤੇ ਲੋਨ ਹੋ ਜੂ? 4.5 ਲੱਖ। 4.5 ਲੱਖ ਦਾ ਮਤਲਬ ਆਧਾਰ ਕਾਰਡ ਲੈ ਆਉਣ, ਟਰੈਕਟਰ ਲੈ ਜਾਣ, 6 ਲੱਖ ਲੋਨ ਹੋ ਜੂ ਤੇ। 6 ਲੱਖ ਹੋ ਜੂ, ਮਤਲਬ ਆਪਾਂ ਤਾਂ ਦੇਣੇ 5.5 ਦਾ। ਫਿਰ ਆਧਾਰ ਕਾਰਡ ਲਿਆ ਕੇ ਇਕੱਲਾ ਟਰੈਕਟਰ ਹੀ ਲੈ ਜਾਣ ਨਾਲ। ਲੈ ਜਾ। ਤੇ ਇੱਧਰ ਆ ਗਏ ਸਟੈਂਡਰਡ, ਇਹ ਬਰਨਾਲੇ ਦੇ ਬਣੇ ਹੋਏ ਹੈ। ਹਾਂ ਜੀ ਛੋਟੇ ਟਰੈਕਟਰ ਨੇ, ਇਹ ਵੀ ਹੰਡਿਆਏ ਦੇ ਬਣੇ ਹੋਏ ਨੇ। ਹੰਡਿਆਏ? ਹਾਂ ਦੋਨੇ ਵੀ ਆਪਾਂ ਇਹਦੇ ਫੈਨ ਆ ਜਿਨ੍ਹਾਂ ਚਿਰ ਆਪਣੇ ਕੋਲ ਇੱਕ ਅੱਧਾ ਸਟੈਂਡਰਡ ਨਾ ਹੋਵੇ ਆਪਾਂ ਨੂੰ ਸਾਵਰ ਨਹੀਂ ਆਉਂਦਾ। ਹਾਂ ਮਤਲਬ ਇੱਕ ਅੱਧਾ ਸਟੈਂਡਰਡ ਆਪਾਂ ਰੱਖ ਦੇ ਮਾਨ ਕੀਤਾ ਮਾੜਾ ਹੁੰਦਾ। ਵੈਸੇ ਇਹ ਟਰੈਕਟਰ ਮੰਨ ਲੈਂਦੇ ਆਪਾਂ ਇਸ ਰੰਗ 'ਚ ਹੀ ਆ, ਇਹ ਟਰੈਕਟਰ ਦਾ ਮੁੱਲ ਹੀ ਨਹੀਂ ਕੋਈ। ਅੱਛਾ DI 460 ਹਾਂ ਤੇ ਇਹ ਕਿੰਨਾ ਮਾਡਲ ਆ ਬਾਈ? ਇਹ ਦੋਨੇ ਤਿੰਨ ਤਿੰਨ ਮਾਡਲ ਨੇ। ਦੋਨੇ ਤਿੰਨ ਤਿੰਨ ਮਾਡਲ? ਦੋਨੇ ਤਿੰਨ ਤਿੰਨ ਮਾਡਲ ਨੇ, ਇੱਕੋ ਰੇਟ ਤੇ ਦੇਵਾਂਗੇ। ਡੈਕੋ ਤੇ ਲੱਗਿਆ ਵਾ, ਇਹਦੇ ਲਾ ਕੇ ਦੇਵਾਂਗੇ, ਇਹਦੇ ਬੇਟ ਚੱਕਿਆਂ ਨੂੰ ਕਸ ਕੇ ਦੇਵਾਂਗੇ। ਬੇਟ ਵੀ ਲਾ ਕੇ ਦੇਵਾਂਗੇ, ਉਹਦੇ ਬੇਟ ਹੋਣਗੇ। ਹਾਂ ਤੇ ਕਿੰਨੇ ਚ ਬਣ ਜਾਣਗੇ ਫਿਰ ਰੇਟ? ਇਹ 3,35,35 ਦੇ ਦਾਂਗੇ। 3,35,000 ਦੇ ਦਾਂਗੇ? ਹਾਂ 3,35 ਇਹਦਾ ਜਿਹੜਾ ਮਰਜ਼ੀ ਲੈ ਜਾਓ। ਟਾਇਰ ਜਮਾਂ ਨਵੇਂ ਨੇ ਸਾਰਿਆਂ ਦੇ, ਟਾਇਰਾਂ ਦਾ ਬਿੱਲ ਆ ਇਹਦੇ ਤਾਂ ਜਮਾਂ MRF ਉਮੀ ਦਿਸੀ ਜਾਂਦਾ ਹੈਗਾ ਹਜੇ। ਤੇ ਲੈ ਵੀ ਸੱਜਣੋ ਜਿਨ੍ਹਾਂ ਨੇ ਲੈਣਾ ਸਟੈਂਡਰਡ ਤਾਂ ਕਰ ਲਿਓ ਸੰਪਰਕ, ਨੰਬਰ 22 ਦਾ ਟਾਈਟਲ 'ਚ ਚੱਲੀ ਜਾਂਦਾ। ਤੇ ਆ ਗਿਆ ਸਵਰਾਜ 855, ਇਹ ਕਿੰਨਾ ਮਾਡਲ ਆ ਬਾਈ? ਇਹ 22 ਮਾਡਲ ਆ, 2022 ਮਾਡਲ ਆ। ਇਹ ਚੱਲਿਆ ਕਿੰਨਾ ਹੋਇਆ? ਇਹ 600 ਘੰਟਾ ਚੱਲਿਆ। ਸਿਰਫ 600 ਘੰਟੇ ਚੱਲਿਆ ਹੋਇਆਗਾ? ਟਾਇਰ ਤਾਂ ਫਿਰ ਨਾਲ ਦੀ ਨੇ। ਸਰਵਿਸ ਵੀ ਨਾ ਕਰਾਓ? ਹਾਂ ਨਾਲ ਦੇ ਆ। ਸਰਵਿਸ ਵੀ ਹੋਈ ਹੋਈ ਆ? ਹਾਂ। ਤੇ ਇਹ ਕਿੰਨੇ 'ਚ ਬਣ ਜੂਗਾ? ਇਹ ਦੇ ਦਾਂਗੇ ਆਪਾਂ 7,35,000 ਦਾ। 7,35,000 ਦਾ ਇਹ ਤੇ ਵੀ ਲੋਨ ਹੋ ਜੂ? ਹਾਂ ਗਰੋਪੀ ਵਗੈਰਾ ਚੰਗੀ ਲੱਗੀ ਹੋਈ ਆ। ਤੇ ਇੱਧਰ ਆ ਗਏ ਫਾਰਮ ਟਰੈਕ 60, ਤੇ ਆ ਕਿੰਨਾ ਮਾਡਲ ਆ ਬਾਈ? ਇਹ 7 ਮਾਡਲ, 2007 ਮਾਡਲ ਆ। ਇਹਦਾ ਨੰਬਰ ਕਿੱਥੋਂ ਦਾ? ਇਹਦਾ ਹਰਿਆਣਾ ਨੰਬਰ ਹੈ। ਹਰਿਆਣਾ ਨੰਬਰ? ਹਾਂ ਟਰੈਕਟਰ ਸਾਰਾ ਜੈਨੂਅਨ ਹੈ, ਚੰਗਾ ਟਰੈਕਟਰ। ਚੰਗਾ ਟਰੈਕਟਰ ਆ। ਤੇ ਇਹ ਕਿੰਨੇ 'ਚ ਬਣ ਜੂਗਾ? ਇਹ ਦੇ ਦਾਂਗੇ ਆਪਾਂ 2,35,000 ਦਾ। 2,35,000 'ਚ ਇਹ ਬਣ ਜੂਗਾ। ਤੇ ਆ ਜਿਹੜਾ ਫਾਰਮ ਟਰੈਕ 60 ਕਿਹੜਾ ਹੈਗਾ? ਇਹ 6 ਮਾਡਲ ਹੈ, ਪੰਜਾਬ ਨੰਬਰ ਹੈ, ਪੰਜਾਬ ਦਾ ਨੰਬਰ ਆ। 2006 ਮਾਡਲ ਆ, ਟਾਇਰ ਹੈਗੇ ਨੇ ਨਵੇਂ ਵਾਂਗੂ ਇਹਦੇ ਤਾਂ, ਹੈਨਾ? ਹਾਂ ਜੀ। ਆਮ MRF ਮਾੜਾ ਮਾੜਾ ਦਿਸੀ ਜਾਂਦਾ ਹੈਗਾ ਮੂਹਰਲਿਆਂ 'ਚ ਤਾਂ। ਤੇ ਇਹ ਕਿੰਨੇ 'ਚ ਬਣ ਜੂ? ਇਹ ਦੇ ਦਾਂਗੇ ਆਪਾਂ ਪੱਤਰਾ ਭਲਾ ਕਰੇ 2,20,000 ਦੇ ਦਾਂਗੇ। ਲਓ ਵੀ ਸੱਜਣੋ 2,20,000 ਦਾ ਟਰੈਕਟਰ ਲੈ ਜਾਓ। ਇੱਧਰ ਆ ਗਿਆ ਮਹਿੰਦਰਾ 585, ਸਿਸਟਮ ਵਗੈਰਾ ਬੜਾ ਤਗੜਾ ਲਾਇਆ, ਸਤਰੀ ਬੜੀ ਖੁੱਲੀ ਡੁੱਲੀ ਲਾਈ ਹੈ, ਸਟੀਲ ਵਾਲੀਆਂ ਪਾਈਪਾਂ ਵਗੈਰਾ। ਇਹ ਕਿੰਨਾ ਮਾਡਲ ਆ ਬਾਈ? ਇਹ 98 ਮਾਡਲ ਆ, 98 ਮਾਡਲ ਆ, ਡਬਲ ਕਲੱਚ ਆ, ਡਬਲ ਕਲੱਚ ਆ। ਤੇ ਇਹ ਕਿੰਨੇ 'ਚ ਬਣ ਜੂਗਾ? ਇਹ ਦੇ ਦਾਂਗੇ ਆਪਾਂ ਬਾਜੇ ਪੱਟੀ ਨਹੀਂ ਕਰਦਾ, 2,10,000 ਦੀ ਦੇ ਦਾਂਗੇ। ਲਓ ਜੀ 2,10,000 ਦਾ ਇਹ ਬਣ ਜੂਗਾ। ਤੇ ਹਜੇ ਟਰੈਕਟਰ ਹੋਰ ਵੀ ਨੇ ਬਣੇ ਰਹੋ ਨਾਲ, ਪੱਟੀ ਜੀ ਥੋੜੀ ਲਟਾਵਾਂਗੇ, ਪੱਟੀ ਘੁੰਮਣ ਵਾਲੀ ਦੀ। ਹਾਂ ਤੇ ਇੱਧਰ ਆ ਗਏ ਸੋਨਾਲੀਕਾ, 2 ਸੋਨਾਲੀਕਾ ਖੜੇ ਨੇ। ਤੇ ਆ ਕਿੰਨਾ ਮਾਡਲ ਆ ਬਾਈ? ਇਹ 21 ਮਾਡਲ ਆ, 21 ਮਾਡਲ ਆ। ਇਹ ਹੀਟ ਗਾਰਡ ਵਗੈਰਾ ਸਾਰਾ ਕੁਝ, ਇਹਦੇ ਅਸੈਸਰੀ ਵਗੈਰਾ ਚੰਗੀ ਲੱਗੀ। ਹਾਂ 3 ਸਪੀਡ ਹੈ, 3 ਸਪੀਡ ਹੈ। ਤੇ ਇਹ ਕਿੰਨੇ 'ਚ ਬਣ ਜੂਗਾ? ਇਹ ਦੇ ਦਾਂਗੇ ਆਪਾਂ 5.5 ਲੱਖ ਦਾ, 5.5 ਲੱਖ ਦਾ। ਤੇ ਆਹ ਜਿਹੜਾ ਸੋਨਾਲੀਕਾ ਖੜਾ ਹੈਗਾ 750 RX, ਇਹ 15 ਮਾਡਲ ਆ, 2015 ਮਾਡਲ ਆ। ਮੂਹਰਲੇ ਟਾਇਰ ਵੱਡੇ ਪਾਏ ਹੋਏ ਨੇ, ਹੈ ਨਾ? ਹਾਂ। ਤੇ ਰਿਮਾਂ ਸਾਰਾ ਟਰੈਕਟਰ ਵੀ ਚੰਗਾ, ਪਿਛਲੇ ਟਾਇਰ ਵੀ ਵਧੀਆ ਚੰਗੇ ਨੇ। ਤੇ ਕਿੰਨੇ 'ਚ ਬਣ ਜੂ ਇਹ? ਇਹਦੇ ਤਾਂ ਆਪਾਂ 4,10,000 ਦਾ, 4,10,000 ਦਾ।
तो हजे बने रहे हो सूँ जायज रेट वाले ट्रैक्टर दिखाने हूँ तो आ गया स्वराज 735 मॉडल ये किन्ने बन जू ये चिप वाली कापी है टायर नवे ने पंजाब नंबर 175 दे देंगे अपना सिर्फ 175,000 रुपए का बस 2,10,000 का मुल आ 175 दे देंगे अपना डिस्काउंट आप बड़े करे हुए ने अज हां ते आ गया स्वराज 735 हां एक नंबर मॉडल ये राजस्थान नंबर 98 मॉडल है 12 पंप वाला 12 पंप वाला राजस्थान का नंबर है हां 98 मॉडल है ते किन्ने बन जू ये दे देंगे आप 120 दा 120,000 दा आ गया 99 मॉडल स्वराज नाभी कलर जी बहुत ज्यादा डिमांड है ਇਹ ਮਾਡਲ 99 ਆ ਗਿਆ ਟਰੈਕਟਰ ਸਾਰਾ ਓਰੀਜਨਲ ਹਾਂ ਤੇ ਮਗਰਾੜ ਤੱਕ ਵੀ ਰੀਜਨਲ ਨੇ ਨਾਲ ਦੇ ਮਗਰਾੜ ਤੱਕ ਵੀ ਰੀਜਨਲ ਨੇ ਤੇ ਇਹ ਕਿੰਨੇ ਚ ਬਣ ਜੂਗਾ ਇਹ ਦੇ ਦਾਂਗੇ 165 ਦਾ 165,000 ਦਾ ਇਹ ਬਣ ਜੂ ਸਦਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਆ ਆ ਗਿਆ ਸੋਨਾਲੀਕਾ ਚਿੱਟੇ ਤੇ ਨੀਲੇ ਰੰਗ ਚ ਇਹ ਕਿੰਨਾ ਮਾਡਲ ਇਹ ਹੈਗਾ 98 ਮਾਡਲ 98 ਮਾਡਲ 740 ਹਾਂ ਪਿੱਛੇ ਬਾਡੀ ਬੂਟ ਦਿਖਾ ਦੋ ਪੱਟੀ ਸਾਹਿਬ ਦੇਖੋ ਕਿੰਨੇ ਚੰਗਾ ਬਾਡੀ ਲੈਣ ਦਾ ਪੂਰਾ ਐਨ ਚੰਗਾ ਹੈਗਾ ਇਹ ਇੰਟਰਨੈਸ਼ਨਲ ਹੈ ਨਾ ਹਾਂ 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 ਕੈਂਟਰ ਪੂਰਾ ਮਗਰਾੜ ਮੂਨ ਨਾਲ ਦੇਣ ਸਾਰਾ ਕੁਝ ਮਗਰਾੜ ਇਹਦੇ ਵੀ ਨਾਲ ਦੇ ਸਤਰੀ ਵਾਟਰਪ੍ਰੂਫ ਕੱਪੜੇ ਦੀ ਲੱਗੀ ਹੋਈ ਆ ਤੇ ਇਹ ਕਿੰਨੇ ਚ ਬਣ ਜੂਗਾ 135 ਦਾ ਸਿਰਫ 135,000 ਦਾ ਆ ਦੂਜਾ ਵੀ 135 ਦੇ ਦਾਂਗੇ 40 ਲੈ ਵੀ ਲਾ ਜੋ ਲੈ ਆ ਵੀ 2001 ਮਾਡਲ 135 ਦਾ ਹੀ ਦੇ ਦਾਂਗੇ ਤੇ ਇੱਧਰ ਆ ਗਿਆ ਸੋਨਾਲੀਕਾ DI 60 ਇਹ ਕਿੰਨਾ ਮਾਡਲ ਆ ਇਹ 9 ਮਾਡਲ 2009 ਮਾਡਲ ਆ ਤੇ ਇੰਜਨ ਗਰ ਵਖੋ ਤਾਂ ਆਪਣੇ ਸਾਰੀ ਟਰੈਕਟਰ ਚ ਗਾਰੰਟੀ ਆ ਪਾਵਰ ਸਟੀਅਰਿੰਗ ਆ ਚੱਕਰ ਨੂੰ ਬੇਟ ਲੱਗੇ ਟਾਇਰ ਮਰਫ ਦੇ ਆ 9 ਮਾਡਲ ਪਾਵਰ ਸਟੀਅਰਿੰਗ 3,00,000 ਤੇ 10,000 ਰੇਟ ਦੇ ਦਾਂਗੇ ਆਪਾਂ ਪੂਰੇ 3 ਚ ਬਣ ਜੂ ਲੈ ਜੋ ਯਾਰ ਲੋਈ ਪੂਰੇ 3,00,000 ਚ ਬਣ ਜੂਗਾ DI 60 ਆ ਗਏ ਏਸ ਆ ਕਿੰਨਾ ਮਾਡਲ ਆ ਬਾਈ ਇਹ 14 ਮਾਡਲ ਆ ਪਾਵਰ ਸਟੀਅਰਿੰਗ 14 ਮਾਡਲ ਹਾਂ ਤੇ ਇਹ ਕਿੰਨੇ ਚ ਬਣ ਜੂਗਾ ਇਹ ਦੇ ਦਾਂਗੇ ਆਪਾਂ 235 ਦੇ ਦਾਂਗੇ 235,000 ਦਾ ਆ ਇਧਰ ਆ ਗਿਆ ਏਸ 450 ਇਹ ਸਿਸਟਮ ਵਗੈਰਾ ਚੰਗਾ ਲੱਗਿਆ ਹੋਇਆਗਾ ਉਹ ਡਿਸਟ੍ਰੀਬਿਊਟਰ ਵੀ ਲੱਗਿਆ ਪਿੱਛੇ ਡਿਸਟ੍ਰੀਬਿਊਟਰ ਵੀ ਲੱਗੇ ਹੋਏ ਨੇ ਤੇ ਇਹ ਕਿੰਨੇ ਚ ਬਣ ਜੂਗਾ ਪਾਵਰ ਸਟੀਅਰਿੰਗ ਇਹ ਦੇ ਦਾਂਗੇ ਆਪਾਂ 235 ਦੇ ਦਾਂਗੇ 235 ਚ ਇਹ ਦੇ ਦਾਂਗੇ ਮਾਡਲ ਕਿੰਨਾ ਹੈਗਾ ਪਾਵਰ ਹੀ ਹੈ ਇਹ 12 ਮਾਡਲ ਹੈ ਸਿੱਧੀ ਸੋਚ ਆ ਉਹ RX ਸੋਚ ਆ ਉਹ RX ਸੋਚ ਆ ਇਹ ਸਿੱਧੀ ਸੋਚ ਆ ਗਿਆ ਤੇ ਇੱਧਰ ਆ ਗਿਆ DI 550 ਇਸ ਹਾਂ ਕਲੌਸ ਕਰ ਇੰਜਨ ਵਾਲਾ ਕਲੌਸ ਕਰ ਇੰਜਨ ਵਾਲਾ 17 ਮਾਡਲ ਹਾਂ ਤੇ ਪਾਵਰ ਸਟੀਅਰਿੰਗ ਹੈ ਹਾਂ ਤੇ ਇਹ ਕਿੰਨੇ ਚ ਬਣ ਡਿਸਟ੍ਰੀਬਿਊਟਰ ਲੱਗਿਆ ਦੇ ਦਾਂਗੇ 275 ਦਾ 17 ਮਾਡਲ ਹੈ ਉਹ ਜੇ 17 ਮਾਡਲ ਸਵਰਾ ਲਈ ਆਪਾਂ 17 ਮਾਸ ਬਰਾਬਰ 5.5 ਲੱਖ ਤੋਂ ਘੱਟ ਨਹੀਂ ਬਣਦਾ ਚੰਗਾ ਰੇਟ ਤੇ ਇਹ ਅਗਲੇ ਨੂੰ ਮਿਲਦਾ ਹੈਗਾ ਰੇਟ ਚ 265 ਚ 265 ਚ ਅੱਧ ਮੁੱਲ ਚ ਮਿਲਦਾ ਅੱਧ ਮੁੱਲ ਚ ਮਿਲਦਾ ਲੋ ਵੀ ਸੱਜਣੋ ਅੱਜ ਬਾਈ ਕੋਲੇ ਆਏ ਹੋਏ ਆ ਨਿਰਮਲ ਕੋਲੇ ਜਿਨ੍ਹਾਂ ਨੇ ਵੀ ਟਰੈਕਟਰ ਲੈਣੇ ਆ ਤਾਂ ਕਰ ਲਿਓ ਸੰਪਰਕ ਬਾਈ ਜਿਹੜਾ ਤੁਹਾਡਾ ਮੋਬਾਈਲ ਨੰਬਰ ਇੱਕ ਵਾਰੀ ਉਹ ਦੱਸ ਦਿਓ ਆਪਣਾ 9985 95027 78 85 63 637 99 10930 ਬਾਕੀ ਜਿਹੜੇ ਨੰਬਰ ਨੇ ਬਾਈ ਦੇ ਟੈਟ ਚ ਚੱਲੀ ਜਾਂਦੇ ਨੇ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਵਿੱਚ ਕਟਾ ਕੇ ਕੋਈ ਟਰੈਕਟਰ ਲੈ ਕੇ ਜਾਣਾ ਉੱਚੇ ਮਾਡਲ ਦਾ ਤਾਂ ਵੀ ਬਾਈ ਨਾਲ ਸੰਪਰਕ ਕਰ ਲਿਓ ਤਲਵੰਡੀ ਸਾਬੋ ਰੋੜੀ ਰੋਡ ਦੇ ਉੱਤੇ ਬਾਈ ਦਾ ਸ਼ੋਰੂਮ ਆ ਮਾਨ ਟਰੈਕਟਰ ਸੇਲ ਚ ਤੱਕ ਕਰ ਲਿਓ ਸੰਪਰਕ।